ਰੁਕ ਅਗਲੀ ਖਬਰ ਦਾ ਕਰਦੇ ਹਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਅੰਮ੍ਰਿਤਸਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਦੇ ਤਹਿਤ ਸਾਈਕਲਾਂ ਵੰਡਣ ਦੇ ਲਈ ਪਹੁੰਚੇ ਇਸ ਮੌਕੇ ਤੇ ਮੰਤਰੀ ਨੇ ਤਕਰੀਬਨ 113 ਵਿਦਿਆਰਥਣਾਂ ਨੂੰ ਸਾਈਕਲਾਂ ਵੰਡੀਆਂ ਸਾਰੇ ਪੰਜਾਬ ਵਿੱਚ ਅਸੀਂ ਹੁਣ ਜੋ ਸਕੂਲਾਂ ਜਾਂਦੇ ਹਾਂ ਬੇਟੀਆਂ ਅਤੇ ਬੇਟੀਆਂ ਦੇ ਪੇਰੈਂਟਸ ਅਤੇ ਜਿਹੜੇ ਲੋਕਾਂ ਦੀ ਸੋਚ ਸਹੀ ਹੈ ਉਹ ਇਸ ਗੱਲ ਦੀ ਸਰਾਹਨਾ ਕਰਦੇ ਇਹ ਬਹੁਤ ਹੀ ਜੇ ਮੈਂ ਆਖਾਂ ਕਿ ਸਭ ਤੋਂ ਚੰਗੀ ਸਕੀਮ ਪੰਜਾਬ ਸਰਕਾਰ ਦੀ ਇਹ ਵਾਲੀ ਆ ਹੋਰ ਤਾਂ ਹੁੰਦੀਆਂ ਹੁੰਦੀਆਂ ਰਹਿਣਗੀਆਂ कि आजकल जो स्टडी है जो कि नेट की तरफ से जा रही है तो सरकार चाहिए सरकार को कि लैपटॉप या कोई टैब वगैरह देने चाहिए ताँ जो कि लड़कियां और भी ज़्यादा अच्छी पढ़ाई कर सकें और किसी भी तरह की उनको कठिनाई ना आए।